ਲੁਧਿਆਣਾ ਤੋਂ ਪੀਡੀਏ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ ਫੇਸਬੁੱਕ ਤੇ ਮਨਜੋਤ ਸਿੰਘ ਗਿੱਲ ਉਰਫ ਮਨੀ ਸ਼ੂਟਰ ਦੇ ਨਾਮ ਦੀ ਆਈਡੀ ਤੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ਸੰਬੰਧੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਬਲਵਿੰਦਰ ਸਿੰਘ ਬੈਂਸ ਵੱਲੋਂ ਜਿੱਥੇ ਇਸ ਮਾਮਲੇ ਸੰਬੰਧੀ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ, ਉੱਥੇ ਹੀ ਜਿਨ੍ਹਾਂ ਲੋਕਾਂ ਤੋਂ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਦੀ ਆਡੀਓ ਵੀਡੀਓ ਰਿਕਾਰਡਿੰਗ ਵੀ ਪੇਸ਼ ਕੀਤੀ ਗਈ। ਬਲਵਿੰਦਰ ਸਿੰਘ ਬੈਂਸ ਨੇ ਸਿਕਿਉਰਿਟੀ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਦੇ ਪਰਿਵਾਰ ਨੂੰ ਕੁਝ ਵੀ ਹੋਇਆ ਤਾਂ ਇਸ ਦੀ ਜ਼ਿੰਮੇਦਾਰ ਪੰਜਾਬ ਸਰਕਾਰ ਹੋਵੇਗੀ। ਫੇਸਬੁੱਕ ਤੇ ਪੱਤਰਕਾਰ ਸੋਨੂ ਜੀ ਹੈ, ਉਹਨਾਂ ਨੂੰ ਇੱਕ ਮੈਸੰਜਰ ਤੇ ਮੈਸੇਜ ਆਇਆ ਕਿ ਸਾਡੀ ਖਬਰ ਲਾ ਦਿਓ, ਤੇ ਉਹਨਾਂ ਨੇ ਪੁੱਛ ਲਿਆ ਵੀ ਕਾਹਦੀ ਖਬਰ ਲਾਉਣੀ ਹੈ। ਕਹਿੰਦੇ ਅਸੀਂ ਇੱਕ ਦੋ ਦਿਨਾਂ 'ਚ ਸਿਮਰਜੀਤ ਸਿੰਘ ਬੈਂਸ ਨੂੰ ਮਾਰ ਦੇਵਾਂਗੇ। ਅਤੇ ਜਦੋਂ ਆਹ ਖਬਰ ਆਈ ਤਾਂ ਅਸਲ 'ਚ ਕੀ ਹੈ ਕਿ ਪਹਿਲਾਂ ਵੀ ਦੋ ਵਾਰੀ ਖਬਰ ਆ ਚੁੱਕੀ ਹੈ, ਪਰ ਪ੍ਰਸ਼ਾਸਨ ਜਿਹੜਾ ਉਹ ਪਹਿਲਾਂ ਵੀ ਸੁੱਤਾ ਰਿਹਾ, ਅਤੇ ਹੁਣ ਫਿਰ ਖਬਰ ਆਈ ਹੈ ਕਿ ਅਸੀਂ ਇੱਕ ਦੋ ਦਿਨਾਂ 'ਚ ਸਿਮਰਜੀਤ ਸਿੰਘ ਬੈਂਸ ਨੂੰ ਮਾਰ ਦੇਵਾਂਗੇ। ਅਸਲ 'ਚ ਕੀ ਹੈ ਕਿ ਇਹਦੇ ਤੋਂ ਸਰਕਾਰ ਦੀ ਫਰਸਟ੍ਰੇਸ਼ਨ ਝਲਕਦੀ ਹੈ। ਜਦੋਂ ਜਦੋਂ ਸਰਕਾਰ ਦਾ ਸਰਕਾਰ ਮੋੜ 'ਚ ਬੰਬ ਬਲਾਸਟ ਵੀ ਕਰ ਸਕਦੀ ਹੈ ਅਤੇ ਇੱਥੇ ਵੀ ਸਰਕਾਰ ਕੁਛ ਵੀ ਕਰ ਸਕਦੀ ਹੈ, ਪਰ ਮੈਂ ਕਹਿਣਾ ਚਾਹੁੰਦਾ ਕਿ ਜੇ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਦੇ, ਸਮਰਜੀਤ ਦੇ ਜਾਂ ਕਿਸੇ ਹੋਰ ਵੀ ਮੈਂਬਰ ਦੇ ਝਰੀਟ ਵੀ ਆਈ ਤਾਂ ਸਿੱਧੇ ਸਿੱਧੇ ਤੌਰ 'ਤੇ ਸਰਕਾਰ ਅਤੇ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ, ਕਿਉਂਕਿ ਅਸੀਂ ਪਹਿਲਾਂ ਵੀ ਦੋ ਵਾਰੀ ਲਿਖ ਕੇ ਦਿੱਤਾ, ਉਦੋਂ ਧਮਕੀ ਭਰੀਆਂ ਚਿੱਠੀਆਂ ਆਈਆਂ ਸੀ ਪਰ ਕੋਈ ਐਕਸ਼ਨ ਨਹੀਂ ਹੋਇਆ। ਹੁਣ ਅੱਜ ਅਸੀਂ ਫਿਰ ਕੰਪਲੇਂਟ ਦਿੱਤੀ ਹੈ, ਇਹ ਸਾਰਾ ਕੁਛ ਮੁੱਖ ਮੰਤਰੀ ਸਾਹਿਬ ਦੇ ਨੋਟ 'ਚ ਹੈਗਾ, ਪਰ ਹੀ ਬਿਕਮ ਸਾਇਲੈਂਟ ਸਪੈਕਟੇਟਰ, ਤਮਾਸ਼ਾ ਦੇਖਦੇ ਹੈ। ਅਸਲ 'ਚ ਕਾਂਗਰਸ ਹਾਰਦੀ ਹੈ ਅਤੇ ਇੱਕ ਕੈਂਡੀਡੇਟ ਦਾ ਨਹੀਂ, ਸਾਰੀ ਸਰਕਾਰ ਲੱਗੀ ਹੋਈ ਹੈ ਵੀ ਕਿਸੇ ਨਾ ਕਿਸੇ ਢੰਗ ਨਾਲ ਬੈਂਸ ਨੂੰ ਰਸਤੇ ਦਾ ਰੋੜਾ ਸਮਝਦੇ ਅਤੇ ਕਹਿੰਦੇ ਪਾਸੇ ਕਰ ਦਿਓ। ਅਤੇ ਮੈਂ ਆਹ ਕਹਿਣਾ ਚਾਹੁੰਦਾ ਨਹੀਂ, ਪਰ ਅਸਲ 'ਚ ਕੀ ਹੈ, ਬੈਂਸ ਸਾਹਿਬ ਅਕਾਲੀ ਦਲ ਦੀ, ਅਕਾਲੀ ਦਲ ਲੜਾਈ 'ਚ ਨਹੀਂ ਹੈਗਾ, ਅਕਾਲੀ ਦਲ ਲੜਾਈ ਵਿੱਚ ਨਹੀਂ ਹੈਗਾ, ਅਤੇ ਸਿਰਫ ਅਤੇ ਸਿਰਫ ਸਰਕਾਰ ਹੱਥ ਕੰਡੇ ਅਪਣਾ ਰਹੀ ਹੈ, ਸਰਕਾਰ ਆਪਣੇ ਹੱਥ ਕੰਡੇ ਵਰਤ ਕੇ ਧਮਕੀਆਂ ਦੇ ਕੇ ਹੁਣ ਤਾਂ ਇੱਥੋਂ ਤੱਕ ਆ ਗਈ ਕਿ ਮਾਰ ਦਿਆਂਗੇ ਦੋ ਦਿਨਾਂ 'ਚ। ਇਹਨਾਂ ਰਾਈਟਿੰਗ ਹੈ ਜਿਹੜਾ ਲੁਕਾਇਆ ਨਹੀਂ ਜਾ ਸਕਦਾ, ਮੈਸੰਜਰ 'ਤੇ ਰਿਕਾਰਡਿੰਗ ਆ ਜਿਹੜੀ ਲੁਕਾਈ ਨਹੀਂ ਜਾ ਸਕਦੀ, ਆਹ ਜਿਹੜੀਆਂ ਧਮਕੀਆਂ ਨੇ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਰਕਾਰ ਵਾਲਿਆਂ ਨੂੰ ਕਿ ਬੈਂਸ ਭਰਾ ਧਮਕੀਆਂ ਤੋਂ ਡਰਨ ਵਾਲੇ ਨਹੀਂ, ਪਰ ਜੇ ਕਿਸੇ ਦੇ ਖਰੋਚ ਲੱਗੀ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਅਤੇ ਤੁਹਾਡੀ ਸਰਕਾਰ ਸਿੱਧੇ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਊਗੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।